ਇੰਡੀਆ ਦੀ ਜਦੋਂ ਗਿਣਤੀ ਹੁੰਦੀ ਹੈ ਤਾਂ ਉਹਦੇ ਚ ਥੋਟੇ ਯੂਪੀ ਦਾ ਨਾਮ ਸਭ ਤੋਂ ਟੌਪ ਤੇ ਆਉਂਦਾ ਇਹ ਮੈਂ ਕੋਈ ਸਾਂਝ ਨਹੀਂ ਕਰ ਰਿਹਾ ਤੁਸੀਂ ਮੈਨੂੰ ਵੋਟਾਂ ਪਾ ਕੇ ਉੱਥੇ ਭੇਜੇ ਹੀ ਇਸੇ ਕੰਮ ਹੈ ਕਿ ਜਾ ਵੀ ਸਾਡੇ ਮਸਲੇ ਤੁਸੀਂ ਯਕੀਨ ਕਰੋਗੇ ਮੈਂ ਇੰਟਰਵਿਊ ਦੇ ਵਿੱਚ ਵੀ ਦੱਸਿਆ ਦੋ ਸੈਸ਼ਨ ਲੰਘੇ ਚੌਵੀ ਚੌਵੀ ਦਿਨ ਦੇ ਦੋ ਸੈਸ਼ਨ ਪਾਰਲੀਮੈਂਟ ਦੇ ਹੁਣ ਵਾਲਾ ਵੀ ਇੱਕ ਪਿਛਲਾ ਵੀ ਕੈਪਟਨ ਅਮਰਿੰਦਰ ਸਿੰਘ ਜੀ 0% ਹਾਜ਼ਰੀ 0% ਇੱਕ ਸਿੰਗਲ ਦਿਨ ਵੀ ਨਹੀਂ ਆਏ ਉੱਥੇ ਐਡੇ ਵੱਡੇ ਲੀਡਰ ਨੂੰ ਹਰਾਇਆ ਸੀ ਅੰਮ੍ਰਿਤਸਰ ਦੇ ਲੋਕਾਂ ਨੂੰ ਕੀਤਾ ਸੀ ਨਹੀਂ ਆਏ ਅੰਮ੍ਰਿਤਸਰ ਦੇ ਲੋਕ ਨੇੜੇ ਕੋਲੇ ਮਸਲੇ ਲੈ ਕੇ ਆਉਂਦੇ ਆ ਕਹਿੰਦੇ ਸਾਡਾ ਐਮਪੀ ਤਾਂ ਜਾਂਦਾ ਨਹੀਂ ਤੁਸੀਂ ਸਾਡਾ ਮਸਲਾ ਬੋਲ ਦਿਓ ਪਰ ਮੈਂ ਇਹ ਕਹਿਣਾ ਚਾਹੁੰਦਾ ਕੈਪਟਨ ਸਾਹਿਬ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਲੋਕਾਂ ਨੇ ਦਿੱਤੀ ਹੈ ਉਹ ਤੁਸੀਂ ਨਿਭਾਉਂਦੇ ਜੀ ਜਿਹੜੀ ਲੋਕਾਂ ਨੇ ਤੁਹਾਨੂੰ ਕਦੇ ਹੁਣ ਦੇਣੀ ਹੋਈ ਨਹੀਂ ਉਹਦੇ ਵਾਸਤੇ ਤੁਹਾਨੂੰ ਤਗੜੇ ਮੱਛੀ ਹੋਏ ਕਰਦੇ ਹੋ ਬੇਭਰੋਸਗੀ ਦੀ ਹੱਦ ਦੇਖ ਲਓ ਲੀਡਰਾਂ ਤੋਂ ਕਿੰਨਾ ਯਕੀਨ ਉੱਠ ਗਿਆ ਲੀਡਰ ਨੂੰ ਪਤਾ ਲੱਗਿਆ ਕਿ ਸਾਡੇ ਤੇ ਲੋਕ ਯਕੀਨ ਨਹੀਂ ਕਰਦੇ ਹੋ ਬੇਭਰੋਸਗੀ ਦੀ ਹੱਦ ਦੇਖ ਲਓ ਕਿ ਹੁਣ ਰੈਲੀਆਂ ਦੇ ਵਿੱਚ ਲੀਡਰਾਂ ਨੂੰ ਗੁਟਕਾ ਸਾਹਿਬ ਫੜ ਕੇ ਲੋਕਾਂ ਦੇ ਸਾਹਮਣੇ ਸਹੁੰ ਖਾਣੀ ਪੈਂਦੀ ਹੈ ਕਿ ਸਾਡੇ ਤੇ ਯਕੀਨ ਕਰ ਲੋਕ ਕਹਿੰਦੇ ਨਾ ਅਸੀਂ ਬਿਨਾਂ ਗੁਟਕਾ ਸਾਹਿਬ ਦੀ ਸਹੁੰ ਤੋਂ 2002 ਤੋਂ 2007 ਤੱਕ ਥੋੜ੍ਹੇ ਤੇ ਯਕੀਨ ਕਰਕੇ ਦੇਖਿਆ ਸੀ ਤੁਸੀਂ ਸਾਡੇ ਯਕੀਨ 'ਤੇ ਪੂਰੇ ਉਤਰੇ ਨਹੀਂ ਹੈਗੇ ਹੁਣ ਤਾਂ ਸਾਨੂੰ ਕਿਸੇ ਹੋਰ 'ਤੇ ਯਕੀਨ ਹੈ ਬਸ ਹੁਣ ਤਾਂ ਸਾਨੂੰ ਸੋ ਇਹ ਵੀਰੋ ਜੋ ਇਹ ਹੁਣ ਕੱਲ੍ਹ ਜਿਵੇਂ ਕੀਤਾ ਮੈਨੂੰ ਤਾਂ ਫੋਨ 'ਤੇ ਫੋਨ ਆਉਣ ਲੱਗ ਗਏ ਜੀ ਸੰਗਰੂਰ ਦੇ 20 ਵੱਡੇ ਲੀਡਰ ਆਮ ਆਦਮੀ ਪਾਰਟੀ ਦੇ ਕਾਂਗਰਸ 'ਚ ਸ਼ਾਮਲ ਹੋ ਗਏ ਮੈਂ TV ਲਾਇਆ ਮੈਂ ਉਹਨਾਂ 'ਚੋਂ ਇੱਕ ਨੂੰ ਵੀ ਨਹੀਂ ਜਾਣਦਾ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਜਾਣਦਾ ਮੈਂ ਉਹਨਾਂ 'ਚੋਂ ਇੱਕ ਨੂੰ ਵੀ ਨਹੀਂ ਜਾਣਦਾ ਮੈਂ ਫੋਨ ਕੀਤਾ ਸੰਜੇ ਭਾਈ ਸੰਜੇ ਭਾਈ ਕਹਿੰਦੇ ਯਾਰ 21 ਬੜੇ ਨੇਤਾ ਚਲੇ ਗਏ ਮੈਂ ਕਿਹਾ ਜੀ 21 ਤਾਂ ਆਪਾਂ ਮਤਲਬ ਟੋਟਲ ਪੰਜਾਬ ਦੇ ਨਹੀਂ ਹੈਗੇ ਤੁਸੀਂ ਸਾਡੇ ਸੰਗਰੂਰ 'ਚੋਂ ਕਿੱਥੋਂ ਪਾਈ ਜਾਂਦੇ ਹੋ ਅਸੀਂ ਤਾਂ ਵਰਕਰ ਆ ਸਾਰੇ ਲੀਡਰ ਤਾਂ ਹੈ ਹੀ ਨਹੀਂ ਆਪਣੇ 'ਚ ਅਸੀਂ ਤਾਂ ਵਰਕਰ ਸੋ ਵੀਰੋ ਇੱਥੋਂ ਤੱਕ ਵਖਲਾਹਟ ਹੋ ਗਈ ਕਿ ਹੁਣ ਅਕਾਲੀ ਦਲ ਦੇ ਬੰਦਿਆਂ ਨੂੰ ਕਹਿੰਦੇ ਨੇ ਪਹਿਲਾਂ ਇੱਕ ਮਿਸ ਕਾਲ ਮਾਰ ਕੇ ਮੈਂਬਰ ਬਣ ਜਾਓ ਫਿਰ ਆਪਾਂ ਉੱਥੇ ਕਹਿ ਦਾਂਗੇ ਕਿ ਤਾਂ ਆਮ ਆਦਮੀ ਪਾਰਟੀ ਦੇ ਸੀ ਵੀਰੋ ਆਮ ਆਦਮੀ ਪਾਰਟੀ ਵਾਲੇ ਪਾਰਟੀਆਂ ਬਦਲਣ ਆਏ ਨਹੀਂ ਉਹ ਤਾਂ ਜਿੱਥੇ ਖੜ ਗਏ ਖੜ ਗਏ